स्वागत है किसान वीरो सिदक डेयरी फार्मिंग दे विच। किसान वीरो अज जिहड़ी वीडियो बना रहे हैं पिंड सैदोके इहनू तहसील निहाल सिंह वाला पैंदी है ते जिला जिहड़ा हैगा है वह मोगा। जिहड़े घर चों वीडियो बना रहे हैं पहलां भी बहुत वीडियो वीर कोलों बनाईआं व्यापार दा कम है तुसीं रूटीन च वीडियो देखदे हो हर टाइम इत्थे तुहानूं पांच पांच दस दस पशु खड़े मिलदे है पर पिछलियां कुछ वीडियो दे विच्चों जिहड़े मैं पशु दिखाउणे शुरू कीते आ पंद्रह पंद्रह वीह वीह नग वी इत्थे जिहड़े ओह अवेलेबल रहे आ। अज दी वीडियो च सत्त ताजियां सूईआं वैड़ां ते सत्त ही गब्बण गावां तुहानूं दिखाउणियां। वीडियो नूं तुसीं एंड तक जरूर देखियो। एक बेनती हरेक वीडियो च हुंदी है जिहड़ा भी वीर पशु खरीदना चाहुंदा है उहने अपनी समझ दे नाल आपदी सूझ दे नाल सौदा करना है ते आप पसंद करके हरेक पक्ष तो तसली करके पशु खरीदना है। सो आओ शुरुआत करिए एक डायमंड पीस तो ही एक सोहने नग तो ਉਦੋਂ ਬਾਅਦ ਸਾਰੇ ਪਸ਼ੂ ਤੁਹਾਨੂੰ ਦਿਖਾਵਾਂਗੇ। ਖੁਸ਼ਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਜ 16-17 ਨਾਗ ਹੈਗੇ ਆ ਮੇਰੇ ਖਿਆਲ ਚ ਘਰ ਤੋਂ ਵੈਸੇ। ਹਾਂਜੀ ਵੀਰ ਜੀ ਠੀਕ ਹੈ। ਖੁਸ਼ਦੀਪ ਪਹਿਲੇ ਨੰਬਰ ਵਾਲੀ ਵੱਛੀ ਦੀ ਗੱਲ ਕਰਾਂਗੇ ਦੰਦੋ ਕਿਵੇਂ ਹੈ ਬਾਈ ਕਹਿਣਾ ਸੁਆ। ਇਹ ਜੀ 6 ਵੇੜਾਂ ਲੰਗਾ ਸੀ ਮੈਂ ਕੱਲ ਤੁਹਾਨੂੰ ਫੋਨ ਕਰਿਆ ਸੀਗਾ ਨਾਲ 4 ਜਰਸੀਆਂ ਸੀਗੀਆਂ ਦੋ ਉਹਨਾਂ ਚੋਂ ਸੇਲ ਹੋ ਗਈਆਂ ਦੋ ਇਹਦੇ ਨਾਲ ਦੀਆਂ ਚਿਪ ਪਹਿਲਣਾ ਸੇਲ ਹੋ ਗਈਆਂ ਜੀ ਇਹ 6 ਪਹਿਲਣਾ ਸੀਗੀਆਂ ਬੱਚੀਆਂ ਦੋਂਦਗਾਂ ਹੀ ਸੀ ਜੀ। ਠੀਕ ਹੈ ਕਿੰਨੇ ਦਿਨ ਲੈ ਜੂਗੀ ਖੁਸ਼ਦੀਪ ਇਹ? ਇਹਦੇ ਦਿਨ ਜੀ ਮੇਰੇ ਹਿਸਾਬ ਨਾਲ ਉਹਨਾਂ ਨੇ ਦੱਸਣ ਮੁਤਾਬਕ 9 ਪਏ ਆ ਜੀ। ਆਪਣੇ ਘਰੇ 9 ਹੀ ਦਿਨ ਵੀ ਕੱਢ ਸਕਦੀ ਇਹ ਬਾਕੀ ਜਾ ਕੇ ਛੱਕ ਕੇ ਪਸ਼ੂ ਇੱਕ ਦੋ ਪਹਿਲਾਂ ਵੀ ਸੂ ਸਕਦਾ ਜੀ। ਵੈਸੇ ਤਿਆਰੀ ਬਹੁਤ ਸੋਹਣੀ ਕਰੀ ਬੈਠੀ ਹੈ। ਤਿਆਰੀ ਬਹੁਤ ਸੋਹਣੀ ਆ ਆਰਡਰ ਉਡਰ ਦੇ ਡਿਜ਼ਾਈਨ ਬਹੁਤ ਸੋਹਣੇ ਆ ਜੀ। ਠੀਕ ਹੈ ਕਹਿਣ ਨੂੰ ਭਾਵੇਂ ਇਹ ਜੀ ਬੱਚੀ ਦਾ ਲੋਕ ਭਾਵੇਂ ਜਿਵੇਂ ਕਹਿੰਦੇ ਵੀ 40 ਕਿਲੋ ਯਾਨੀ 30 ਕਿਲੋ ਗਾਰੰਟੀ ਆ ਠੰਡਾ ਆਰਾਮ ਨਾਲ 30-32 ਕਿਲੋ ਦੁੱਧ ਦਊ ਬੱਚੀ। ਠੀਕ ਹੈ ਰੇਟ ਇਹਦਾ ਖੁਸ਼ਦੀਪ ਕੀ ਰੱਖਾਂਗੇ? ਰੇਟ ਬਾਈ ਜੀ ਮੁੱਲ ਕਰਾਉਣ ਨੂੰ ਭਾਵੇਂ 1.5 ਕਰਾ ਲਓ 1.5 ਕਰਾ ਲਓ ਜੀ 1,05,000 ਰੁਪਈਆ ਫਿਕਸ ਰੇਟ ਆ ਜੀ। ਠੀਕ ਹੈ ਖੋਲੀ ਬਾਈ ਦੱਸੋ ਨਾਗ ਤੁਹਾਨੂੰ ਇਹ ਪਸੰਦ ਆਉਣਾ ਹੈ? ਬਹੁਤ ਸੋਹਣੀ ਢਾਂਚੇ ਦੀ ਵੈੜ ਹੈ ਬਿਊਟੀ ਇਹਦੀ ਦੇਖੋ ਹਾਲਾਂਕਿ ਰੰਗ ਬਲੈਕ ਹੈ ਥੱਲੋਂ ਵਾਈਟ ਡੱਬ ਤੁਹਾਨੂੰ ਦਿਸਦੇ ਹੈ ਤਿਆਰੀ ਹਵਾਨੇ ਦੀ ਤੁਸੀਂ ਦੇਖੋਗੇ ਫਿਕਸ ਆਰਡਰ ਪੂਰਾ ਥੰਦਾ ਸਹਿਜ ਹੱਥੀ ਚਵਾਈ ਵਾਲਾ ਵੀ ਬਹੁਤ ਸੋਹਣਾ ਰਹੂਗਾ ਦੋ ਦੰਦ ਵੱਛੀ ਬਿਊਟੀ ਵਾਲੀ ਹੈ ਹਾਲਾਂਕਿ ਇਹਦੀ ਵੱਖਰੀ ਇਹਦੀ ਬਿਊਟੀ ਹੈ ਵੱਖਰਾ ਇਹਦਾ ਰੰਗ ਰੂਪ ਹੈ ਤੁਹਾਨੂੰ ਪਸੰਦ ਆਊ 1,05,000 ਅਤੇ ਇਹਦਾ ਫਿਕਸ ਰੇਟ ਵੀਰ ਕਹਿੰਦਾ ਰੱਖਾਂਗੇ ਜਿਹਨੂੰ ਜਚੇ ਇੰਨੇ ਰੇਟ ਦੇ ਵਿੱਚ ਕਾਲ ਕਰ ਲਓ ਜੇ ਨੰਬਰ ਸਕਰੀਨ 'ਤੇ ਚੱਲਦਾ ਰਹਿਣਾ ਸੋ ਇਹ ਪਹਿਲੇ ਨੰਬਰ 'ਤੇ ਤੁਹਾਨੂੰ ਇੱਕ ਬਹੁਤ ਸੋਹਣੇ ਨਗ ਤੋਂ ਵੀਡੀਓ ਦੀ ਸ਼ੁਰੂਆਤ ਕਰਕੇ ਦਿੱਤੀ ਹੈ ਉਦੋਂ ਬਾਅਦ 'ਚ ਨਗ ਤੁਹਾਨੂੰ ਕੁਛ ਜਿਹੜੇ ਸੂਏ ਸਵਾਏ ਮੈਂ ਦਿਖਾ ਦੇਣੇ ਆ ਖੁਸ਼ਦੀਪ ਬਾਈ ਗੱਭਣਾ ਹੀ ਪਹਿਲਾਂ ਦਿਖਾਉਣੇ ਆਪਾਂ ਇਹ ਵੱਛੀ ਦੀ ਕੀ ਡਿਟੇਲ ਹੈ ਕਿੰਨਾ ਸੂਆ ਸੂ ਇਹ ਪਹਿਲਾ ਸੂਆ ਜੀ ਠੀਕ ਹੈ ਦੋ ਦੰਦ ਆ ਵੱਛੀ ਠੀਕ ਹੈ ਦਿਨ ਲੈ ਜੂਗੀ ਜੀ ਹਜੇ 10 ਇਹ ਠੀਕ ਹੈ ਹਾਂਜੀ ਕੀ ਇਹਦਾ ਰੇਟ ਰੱਖਾਂਗੇ ਆਪਾਂ ਰੇਟ ਜੀ ਇਹ ਵੱਛੀ ਦੇ ਦਾਂਗੇ ਫਿਕਸ ਰੇਟ ਆ 82,000 ਰੁਪਏ ਦੀ ਜੀ ਠੀਕ ਹੈ ਦੋਸਤੋ ਬੇਸ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਆ ਪਿਓਰ HF 82,000 ਦੀ ਦੋ ਦੰਦ ਜੈਸਨ ਹੋਈ ਹੈ ਥਣ ਸੋਹਣੇ ਰੱਖੂਗੀ ਹਵਾਨਾ ਚੰਗਾ ਬਣਾਉਣਾ ਜੇ 10 ਦਿਨ ਲੈਂਦੀ ਹੈ ਇਹਦੇ ਨਾਲ ਇੱਕ ਹੋਰ ਵੈੜ ਖੜੀ ਹੈ 2 ਨੰਬਰ ਤੇ ਇਹ ਦੂਜਾ ਸੂਆ ਜੀ ਠੀਕ ਹੈ 4 ਦੰਦ ਦਾ ਪਹਿਲੇ ਸੂਏ 33 ਕਿਲੋ ਵੈੜ ਦਾ ਦੁੱਧ ਕੱਢਿਆ ਵਾ ਜੀ ਕਿੰਨਾ ਟਾਈਮ ਬਾਕੀ ਇਹਦੇ ਦਿਨ ਪਏ ਆ ਜੀ 10 ਜੇ ਵੈੜ ਦੇ ਠੀਕ ਹੈ ਚੰਗੀ ਹਾਈਟ ਲੈਂਥ ਵਾਲੀ ਚੰਗੀ ਵੱਡੀ ਵੈੜ ਆ ਜੀ ਬਾਹਰ ਨਿਕਲੀ ਤੋਂ ਪਤਾ ਲੱਗ ਜੂਗਾ ਤੇ ਦੁੱਧ ਵੀ ਜਾਣੀ ਘੱਟ ਤੋਂ ਘੱਟ 35 ਕਿਲੋ ਆਰਾਮ ਜੀ ਦੇ ਨਾਲ ਹੀ ਵੈੜ ਨੇ ਕੱਢ ਦੇਣਾ ਹੈਗਾ ਹਜੇ ਦੇਣਾ ਪੈਂਡਿੰਗ ਇਹਦੇ ਆਰਡਰ ਬਣਾਉਣਾ ਸਟਾਰਟ ਕੀਤਾ ਜੀ ਬਹੁਤ ਬਰੀਕੀ ਵਾਲਾ ਠੀਕ ਹੈ ਆਰਡਰ ਆ ਵੱਛੀ ਦਾ ਲੰਬੀ ਚੌੜੀ ਤੇ ਵਧੀਆ ਵੈੜ ਆ ਜਾਣੀ ਜੀ ਘਰ ਰੱਖਣ ਲਈ ਵੀ ਤੇ ਫਾਰਮ ਲਈ ਵੀ ਦੋਵੇਂ ਹੱਕਾਂ ਨੂੰ ਵਧੀਆ ਵੈੜ ਆ ਜੀ ਸੋ ਸੋਹਣੇ ਥਾਣਾ ਦੱਸੋ ਇਹਦੇ ਹਵਾਨਾ ਤੁਸੀਂ ਦੇਖ ਹੀ ਰਹੇ ਹੋ ਰੇਟ ਖੁਸ਼ਦੀ ਪੇਦਾ ਬਾਈ ਰੇਟ ਬਾਈ ਜੀ ਇਹ ਵੈੜ ਆਪਾਂ ਦੇ ਦਾਂਗੇ 1,15,000 ਰੁਪਏ ਦੀ ਜੀ ਠੀਕ ਹੈ ਸੋ ਦੱਸੋ 1,15,000 ਚਾਰ ਦੰਦ ਸਕਿਨ ਸਕੂਨ ਬਹੁਤ ਵਧੀਆ ਆਰਡਰ ਜੀ ਅਜੇ ਦਿਨ 10-12 ਪਏ ਆ ਜੀ ਠੀਕ ਹੈ ਇਦੋਂ ਅੱਗੇ ਜਿਹੜੀ ਵੈੜ ਹੈ ਇਹ ਦੋ ਦੰਦ ਆ ਜੀ ਵੱਛੀ ਠੀਕ ਹੈ ਇਹਦੀ ਵੈਸੇ ਫੋਨ ਤੇ ਮਾੜੀ ਜੀ ਗੱਲੋਂ ਚੱਲ ਵੀ ਰਹੀ ਹੈ ਕਿਸੇ ਦੀ ਜੀ ਠੀਕ ਹੈ ਤੇ 90,000 ਰੁਪਈਆ ਇਹਦਾ ਫਿਕਸ ਰੇਟ ਆ ਜੀ ਤੋਰੀ ਬਾਈ ਦੱਸੋ ਪਹਿਲਣ ਵੈੜ ਦੋ ਦੰਦ ਢਾਂਚਾ ਦੇਖੋਗੇ ਤਾਂ ਵੀ ਪਸੰਦ ਆਉਣੀ ਹੈ ਵੇਲ ਕੱਦ ਚੰਗਾ ਹੈ ਥਣ ਸੋਹਣੇ ਰੱਖੇ ਆ ਹਜੇ ਭਲੂਣ ਹੈ ਥਣਾਂ ਦੇ ਉੱਤੇ ਹਵਾਨਾ ਜਿਹੜਾ ਸੋਹਣਾ ਤਿਆਰ ਹੈ ਦਿਨ ਲਊਗੀ 5-4 ਪਰ ਤਿਆਰੀ ਜਿਹੜੀ ਉਹ ਅੱਜ ਵੀ ਹੁਣ ਵੀ ਦੇਖੋ ਤਾਂ ਬਹੁਤ ਸੋਹਣੀ ਦਿਸਦੀ ਹੈ 90,000 ਰੇਟ ਹੈ ਗੱਲ ਚੱਲਦੀ ਹੈ ਸੌਦੇ ਦੀ ਹੋ ਸਕਦਾ ਜਦੋਂ ਨੂੰ ਵੀਡੀਓ ਅਪਲੋਡ ਹੋਵੇ ਤਾਂ ਇਹਦੀ ਡੀਲ ਡਨ ਹੋ ਜੇ ਖੜੀ ਹੋਈ ਤਾਂ ਜਿਹੜੇ ਵੀਰ ਦੇ ਕਰਮਾਂ 'ਚ ਹੋਈ ਉਹਦੇ ਘਰੇ ਇਹ ਚਲੀ ਜਾਣੀ ਹੈ ਜਿਹਦੇ ਘਰੇ ਇਹਦਾ ਅਣਜਲ ਲਿਖਿਆ ਹੋਇਆ ਸੋ ਇਹ 3 ਨੰਬਰ 'ਤੇ ਤੁਹਾਨੂੰ ਗੱਬਣ ਵੱਛੀ ਦਿਖਾਈ ਹੈ
ਬਾਹਰ ਜਿਹੜੀਆਂ ਇਹ ਚਾਰ ਵੈੜਾਂ ਖੜੀਆਂ ਸੀ ਉਹਨਾਂ ਦੇ ਵਿੱਚੋਂ ਲਾਸਟ ਤੇ ਇੱਕ ਹੋਰ ਵੱਛੀ ਤੁਹਾਨੂੰ ਦਿਖਾਉਣਾ ਹੈ। ਇਹਦਾ ਹਵਾਨਾ ਤੁਸੀਂ ਐਵੇਂ ਦੇਖ ਲਓ, ਗੇਰਾ ਗੋਆ ਕਰਕੇ ਹਟੀ ਹੈ। ਦੂਜਾ ਸੂਆ ਜੀ, ਇਹ ਵੀ ਵੈੜ ਠੀਕ ਹੈ, ਤੇ ਚੌਗੀ ਹੈ, ਚੌਕ ਚੋਂ ਛੇਕ ਵਾਲੇ ਦੰਦ ਕੱਢ ਰਹੀ ਹੈ ਜੀ। ਠੀਕ ਹੈ, ਪਹਿਲੇ ਸੂਏ 27-28 ਕਿਲੋ ਵੈੜ ਨੇ, ਦੁੱਧ ਕੱਢਿਆ ਜੀ ਇਹਨੇ। ਫੇਸ ਫੂਸ ਦੇਖ ਲਓ, ਖੜੀ ਦੁਕਾਨ ਨੇ ਆਪਾਂ, ਸੋਹਣਾ ਭਾਈਦੀ ਆ, ਹੁਣ ਖੋਲੇ ਤੋਂ ਫਾਰਮ ਚੋਂ ਆਈ ਹੈ ਕੱਲ ਦੀ। ਠੀਕ ਹੈ, ਰੇਟ ਇਹਦਾ ਕੀ ਰੱਖੇਗਾ ਖੁਸ਼ਦੀਪ? ਰੇਟ ਬਾਈ ਇਦਾਂ ਹੀ, ਹੁਣ ਕੱਚੀ ਆਪਣੀ ਬੰਦਾ ਲੈਣ ਦਾ ਚਾਹਵਾਨ ਹੋਵੇ ਜੀ, ਆਪਾਂ 95,000 ਰੁਪਏ ਦੀ ਵੈੜ ਦੇ ਦਾਂਗੇ। ਠੀਕ ਹੈ, ਹਾਈਟ ਲੈਂਥ ਚੰਗੀਆਂ ਵੱਡੀਆਂ ਗਾਵਾਂ ਵਾਲੀ ਆ, ਚੰਗੇ ਮੁੱਲ ਵਾਲੀ ਵੈੜ ਆ ਤਿਆਰ ਹੋਈ ਤਾਂ ਜੀ। ਠੀਕ ਹੈ, ਕੱਚੀ ਬੰਦਾ ਐ ਸਾਂਭਲੂਗਾ, ਭਾਵੇਂ ਕੋਈ ਵੇਚਣ ਵਾਲਾ ਲੈ ਜੇ, ਉਹਨੂੰ ਵੀ ਦੋ ਪੈਸੇ ਗਾਂ ਜਾ ਕੇ ਖੁਸ਼ਦੀਪ। ਡਿਟੇਲ ਦੱਸਦਾ ਜੀ, ਚਾਰ ਦਿਨ ਦਾ ਪਹਿਲਾ ਸੂਆ ਜੀ। ਠੀਕ ਹੈ, ਤੋਰ ਕੇ ਦਿਖਾ ਦੀ ਮਾੜੀ ਜੀ। ਦਿਨ ਕਿੰਨੇ ਹੋ ਗਏ ਸੂਈ ਨੂੰ? ਕੱਲ ਸੂਈ ਆ ਜੀ, ਮਗਰ ਬੱਛੀ ਆ। ਠੀਕ ਹੈ, ਸੁਬਾ 11 ਕਿਲੋ ਦੁੱਧ ਕੱਢਿਆ ਜੀ। ਠੀਕ ਹੈ, ਰੇਟ ਇਹਦਾ ਕੀ ਰੱਖੀਗਾ? 10 ਕਿਲੋ ਕੱਢਿਆ ਸੀਗਾ। ਰੇਟ ਇਹਦਾ ਫਿਕਸ 1.25 ਲੱਖ ਰੁਪਇਆ ਜੀ। 1,25,000 ਦੋਸਤੋ ਫਿਕਸ ਰੇਟ ਹੈ। ਚਾਰ ਦੰਦ ਹੈ, ਹਾਈਟ ਲੈਂਥ ਚੰਗੀ ਹੈ, ਦੰਦ ਆ ਕੇ ਤੁਸੀਂ ਦੇਖ ਸਕਦੇ ਹੋ। ਬਿਊਟੀ ਬਹੁਤ ਹੈ, ਬਹੁਤ ਸੋਹਣਾ ਰੰਗ ਰੂਪ ਹੈ, ਦੇਖ ਲੋ ਵੀ ਇੱਥੋਂ ਤੱਕ ਆਉਂਦੀ ਹੈ ਜੀ। ਠੀਕ ਹੈ, ਹਾਈਟ ਦਾ ਦੋਸਤੋ ਅੰਦਾਜ਼ਾ ਹੁੰਦਾ, ਜਜਮੈਂਟ ਵੇਖ ਕੇ ਵੀ ਹੁੰਦੀ ਹੈ। 1.25 ਲੱਖ ਰੁਪਇਆ ਰੇਟ ਹੈ। ਹਵਾਨੇ ਤੇ ਭਲੂਣ ਹਜੇ ਹੈਗੀ ਹੈ, ਕਿਉਂਕਿ ਤਾਜ਼ੀ ਸੂਈ ਵੀ ਵੱਛੀ, ਕੱਲ ਹੀ ਸੂਈ ਹੈ। ਦੁੱਧ ਸੁਬਾਹ ਵੀਰ ਕਹਿੰਦਾ ਇਹਦਾ ਚੋਇਆ ਵਿਆ, ਹੁਣ ਵੀਡੀਓ ਬਣਾ ਰਹੇ ਹਾਂ ਤੇ ਹਜੇ ਸ਼ਾਮ ਤੱਕ ਇਹਨੇ ਹੋਰ ਹਵਾਨਾ ਭਰਨਾ। ਬੱਚਾ ਇਹਦੇ ਨਾਲ ਫੀਮੇਲ ਕਾਫ ਹੈ, ਕੱਦ ਕਾਠ ਤੇ ਚਮਕ ਜਿਹੜੀ ਉਹ ਇਹਦੀ ਸਕਿਨ ਚੋਂ ਤੁਸੀਂ ਦੇਖ ਸਕਦੇ ਹੋ। ਇੱਧਰੋਂ ਆਪਾਂ ਸ਼ੁਰੂਆਤ ਇੱਕ ਹੋਰ ਵੈੜ ਨਾਲ ਹੀ ਖੜੀ ਹੈ ਖੁਸ਼ਦੀਪ, ਇਹਦੀ ਕੀ ਡਿਟੇਲ ਆ ਬਾਈ? ਇਹ ਵੀ ਸੂਈ ਹੈ ਜੀ ਵੈੜ। ਠੀਕ ਹੈ, ਹਾਂਜੀ, ਕਿੰਨਾ ਚਿਰ ਹੋ ਗਿਆ ਇਹਨੂੰ ਸੂਈ? ਕੱਲ ਹੀ ਸੂਈ ਹੈ ਜੀ। ਇਹਦੇ ਨਾਲ ਬੱਚਾ ਕੀ ਹੈ? ਇਹਦੇ ਨਾਲ ਮੇਰੇ ਕੋਲ ਫੀਮੇਲ ਕਾਫੀ ਹੈ ਜੀ। ਠੀਕ ਹੈ, 24 ਕਿਲੋ ਜਾਣੀ, ਹੁਣ ਠੰਡਾ ਐਨ ਦੋ ਟਾਈਮ ਦਾ ਚੋਣ ਵਾਲਾ ਜੀ ਇਹਦੇ ਥੱਲੇ। ਰੇਟ ਇਹਦਾ ਖੁਸ਼ਦੀਪ? ਰੇਟ ਵੈੜ ਦਾ ਜੀ 1,05,000 ਰੁਪਇਆ ਫਿਕਸ ਹੀ ਆ ਰੇਟ ਆ, ਜਮਾ ਜੈਨੂਅਨ ਜੀ। ਓਕੇ, ਸੋ 1,05,000 ਰੇਟ ਆ ਦੋਸਤੋ, ਤੇ ਇਹ ਦੂਜਾ ਸੂਆ, ਕੱਲ ਹੀ ਸੂਈ ਹੈ, ਬੱਚੀ ਇਹਦੇ ਨਾਲ ਦੱਸੀਏ ਸ਼ਾਇਦ, ਬੱਚਾ ਇਹਦੇ ਨਾਲ ਵੀ ਫੀਮੇਲ ਕਾਫ ਆ। ਢਾਂਚੇ ਦੀ ਸੋਹਣੀ ਹੈ, ਮਜ਼ਬੂਤ ਹੈ, ਪਿੱਠ ਘੋੜਾ ਖੁੱਲ੍ਹਾ ਹੈ, ਤੁਸੀਂ ਤੁਰਦੀ ਗਾਂ ਤੋਂ ਦੇਖ ਸਕਦੇ ਹੋ। ਹੱਡਾਂ ਦੀ ਬਣਾਵਟ ਜਿਹੜੀ ਉਹ ਸੋਹਣੀ ਹੈ, ਉੱਤੋਂ ਸਟਰਕਚਰ ਦੀ ਬਣਾਵਟ ਚੰਗੀ ਹੈ। ਠੰਡਾ ਦੁੱਧ ਵੀਰ ਕਹਿੰਦਾ ਵੀ 24-25 ਕਿਲੋ ਵਾਂਗੂ, 24 ਕਿਲੋ ਵਾਂਗੂ ਇਸ ਟਾਈਮ ਹਾਜ਼ਰ ਹੋਊਗਾ, ਹਜੇ ਸੂਈ ਕੱਲ ਹੀ ਹੈ, ਪਰ ਦੁੱਧ ਇਸ ਗਾਂ ਨੇ ਪਾ ਦੇਣਾ, ਉਹ ਤੁਹਾਡੀ ਸੇਵਾ 'ਤੇ ਡਿਪੈਂਡ ਕਰੂ ਤੁਸੀਂ ਕਿੰਨਾ ਚੋਲੋਂਗੇ। ਜਿਹਨੇ ਖਰੀਦਣੀ ਹੈ ਸੂਈ ਸਵਾਈ ਗਾਂ, ਬੇਸ਼ੱਕ ਦੋ ਟਾਈਮ ਚੋ, ਇਹਦੇ ਨਾਲ ਵੱਛੀ ਤੁਹਾਨੂੰ ਜ਼ਰੂਰ ਦਿਖਾਊਂਗਾ, ਕਿਉਂਕਿ ਵੱਛੀ ਪਹਿਲੀ ਗਾਂ ਨਾਲ ਵੀ ਸੋਹਣੀ ਹੈ। ਇਹਦੀ ਵੱਛੀ ਕਿਹੜੀ ਹੈ? ਇੱਧਰ ਜਿਹੜੀ ਦੋਸਤੋ ਵੱਛੀ ਖੜੀ ਉਹ ਹੈ। ਇਹ ਤੋਂ ਬਾਅਦ 'ਚ ਹੋਰ ਗਾਂ ਤੁਹਾਨੂੰ ਦਿਖਾਉਣਾ ਹੈ। ਇਹ 2 ਦੰਦ ਆ ਜੀ ਵੱਛੀ। ਠੀਕ ਹੈ, ਸੂਈ ਵੀ ਹੈ ਜੀ, ਇਹਦੀ ਵੀ ਜਾਣੀ ਗੱਲ ਚੱਲ ਰਹੀ ਹੈ ਕਿਸੇ ਬੰਦੇ ਨਾਲ ਜੀ। ਠੀਕ ਹੈ, ਬੋਲਾ ਹੈਗਾ ਇਹਦੇ ਕੋਲੇ ਹੁਣ ਜੀ 20 ਕੁ ਲੀਟਰ ਵਾਂਗੂ। ਠੀਕ ਹੈ, ਫਿਰ ਤਾਂ ਇਹ ਤਾਂ ਤੋਰ ਕੇ ਰਹਿਣ ਦੇ ਦਿਖਾਉਣਗੇ, ਦਿਖਾ ਦਾਂਗੇ ਜਾਣੀ, ਤੇ ਇਹਦਾ ਰੇਟ ਹੈਗਾ 80,000 ਰੁਪਇਆ ਜੀ। ਠੀਕ ਹੈ, ਅੱਗੇ ਆਪਣੇ ਕੋਲ ਜਰਸੀ ਵੈੜ ਆ ਜੀ, ਤਾਜ਼ੀ ਸੂਈ ਕੱਲ ਦੀ, ਤੇ ਬੋਲਾ ਜਾਣੀ ਹੁਣ ਸਹੀ 17-18 ਕਿਲੋ ਐਨ ਚੋਣ ਦਾ ਜੀ ਇਹਦੇ ਸੂਆ। ਕਹਿੰਦਾ ਸੂਈ ਹੋਊਗੀ ਖੁਸ਼ਾ ਸੂਆ ਜੀ, ਚੌਕ ਚੋਂ ਛਿੱਗ ਵਾਲੇ ਦੰਦ ਕੱਢਦੀ ਆ। ਠੀਕ ਹੈ, ਤੇ ਬਾਕੀ ਤੁਹਾਨੂੰ ਹਾਈਟ ਦੇ ਹਿਸਾਬ ਨਾਲ, ਜਰਸੀਆਂ ਦੇ ਹਿਸਾਬ ਨਾਲ ਫੁੱਲ ਹੀ ਹਾਈਟ ਆ ਜੀ। ਠੀਕ ਹੈ, ਹਾਈਟ ਫੁੱਲ ਆ, ਵੇਲ ਵੀ ਦੋਸਤੋ HF ਗਾਵਾਂ ਜਿੰਨੀ ਹੈ। ਰੇਟ ਇਹਦਾ ਖੁਸ਼ਦੀਪ ਕੀ ਰੱਖਾਂਗੇ? ਬਹੁਤ ਸੋਹਣਾ ਜੀ ਰੇਟ ਜੀ, ਜੈਨੂਅਨ ਜੀ 70,000 ਰੁਪਏ ਦੀ ਆਪਾਂ ਫਿਕਸ ਰੇਟ ਆ ਜਾਣੀ ਦਵਾਂਗੇ, ਕੋਈ ਇਹ ਚ ਬਾਲਾ ਬਲ ਫੀਰ ਵਾਲਾ ਕੰਮ ਨਹੀਂ। ਬੱਚਾ ਇਹਦੇ ਨਾਲ ਕੀ ਹੈ ਖੁਸ਼ਦੀਪ? ਮਗਰ ਆ ਬੱਚਾ ਜੀ, ਆਰਡਰ ਤੁਸੀਂ ਧਿਆਨ ਨਾਲ ਦਿਖਾ ਦਿਓ ਜੀ, ਹਵਾਨੇ ਤੇ ਨਾੜਾਂ ਦੇ ਬਹੁਤ ਵਧੀਆ ਜਰਸੀ ਦੇ ਸਕੀਨਾਂ ਵਾਸਤੇ, ਪੰਜਾਬ ਵਾਲੀ ਜਰਸੀ ਫਾਰਮ ਦੀ ਗਿਫਟ ਹੀ ਹੈ ਜੀ ਇਹ ਤਾਂ ਇੱਕ ਤਰ੍ਹਾਂ ਦਾ। 70,000 ਜੀ ਸਨੂ ਹੈ, ਢਾਂਚੇ ਦੀ ਵੀ ਚੰਗੀ ਹੈ, ਥਣ ਹਵਾਨਾ ਵੀ ਤੁਹਾਡੇ ਸਾਹਮਣੇ, ਹਵਾਨੇ ਤੇ ਨਾੜਾਂ ਦੇਖ ਸਕਦੇ ਹੋ। ਅਗਲੇ ਥਣਾਂ ਦਾ ਸਾਈਜ਼ ਪਿਛਲਿਆਂ ਦੇ ਮੁਕਾਬਲੇ ਥੋੜਾ ਲੰਬਾਈ 'ਚ, ਪਰ ਹੱਥੀ ਚਵਾਈ ਵਾਲਾ ਥਣ ਪਿਛਲਾ ਵੀ ਸੋਹਣਾ ਹੈ। ਸੋ ਇਹ ਜਰਸੀ ਹੈ ਇੱਕ, ਇਹ ਤੋਂ ਬਿਨਾਂ ਇੱਧਰ ਹੋਰ ਗਾਂ ਹਜੇ ਨੇ ਜੇਰ ਪਾਉਣੀ ਬਾਕੀ ਹੈ ਇਹਦੀ, ਤਾਜ਼ੀ ਸੂਈ ਵੀ। ਖੁਸ਼ਦੀਪ ਕਹਿਣਵਾਂ ਸੂਆ ਸੂਪੀ? ਦੂਜਾ ਸੂਆ ਜੀ, ਪਿਓਰ 4 ਦੰਦ ਹੈ ਜੀ। ਬੱਚਾ ਕੀ ਦਿੱਤਾ? ਮਗਰ ਬੱਛੀ ਹੈ ਜੀ ਇਹਦੇ, ਜਰਸੀ ਦੇਤੀ ਬੱਛੀ ਮਿਲਣਾ? ਹਾਂਜੀ, ਜਰਸੀ ਟੈਪ ਆ ਗਈ ਥੋੜੀ ਜਿਹੀ ਕਰਾਓ ਜੀ। ਤੇ ਇਹ ਸੂਈ ਨੂੰ ਘੰਟਾ ਕੀ ਹੋਇਆ, ਹਜੇ ਬੋਲਾ ਫੁਲਾ ਵੀ ਇਹਦਾ ਤਾਂ ਕੱਢਣਾ ਜੀ। ਠੀਕ ਹੈ, ਤੇ ਦੁੱਧ ਪਹਿਲੇ ਸੂਏ ਇਹਦਾ 26-27 ਕਿਲੋ ਪਾਇਆ ਵਾ ਜੀ। ਠੀਕ ਹੈ, ਦੁੱਧ ਹੁਣ 28 ਕਿਲੋ 30 ਕਿਲੋ ਜਾਣੀ ਇੰਨਾ ਗ੍ਰਾਮ ਨਾਲ ਪਾ ਦੂਗੀ ਜੀ। ਰੇਟ ਇਹਦਾ ਖੁਸ਼ਦੀਪ? ਰੇਟ ਇਹ ਵੈੜ ਦੇ ਦਾਂਗੇ ਜੀ ਆਪਾਂ 85,000 ਰੁਪਈਏ ਦੀ ਜੀ। ਠੀਕ ਹੈ, ਸੋ ਦੋਸਤੋ 85,000 ਚ ਸੋਹਣੇ ਥਾਣ ਹਵਾਨੇ ਦੀ ਹੈ, ਢਾਂਚਾ ਵੀ ਚੰਗਾ, ਬੱਚੀ
ਜਰਸੀ ਸੀਮਨ ਭਰਾਇਆ ਹੋਊਗਾ ਵੀਰ ਨੇ ਉਹਦੇ ਕਰਕੇ ਐਚਐਫ ਤੇ ਜਰਸੀ ਦੀ ਥੋੜੀ ਮਿਕਸ ਆ ਗਈ ਹੈ ਬਹੁਤ ਚੰਗਿਆ ਵੈ ਘਰੇ ਤੁਹਾਨੂੰ ਦਿਖਾ ਦਿੰਦਾ ਬੰਦੇ ਨੇ ਰੱਖਣੀ ਹੋਵੇ ਕਿਸੇ ਨੇ ਜਿਹੜਾ ਮਰਜ਼ੀ ਭਰਾ ਲੈ ਸਕਦਾ ਜੀ ਠੀਕ ਹੈ ਥਣ ਦਾ ਸਾਈਜ਼ ਦੋਸਤੋ ਸੋਹਣਾ ਹੈ ਇਹਦੋਂ ਬਾਅਦ ਚ ਇੱਕ ਹੋਰ ਕ੍ਰੋਸ ਚ ਪੈਂਦੀ ਹੈ ਥੋੜੀ ਜਰਸੀ ਵਾਲੇ ਪਾਸੇ ਦੀ ਜਰਸੀ ਕ੍ਰੋਸ ਚ ਜੀ ਵੈੜ ਕਿੰਨਾ ਸੁਹਾਣਾ ਚੰਗਾ ਜੀ ਵੈੜ ਦਾ ਤੇ ਦੁੱਧ ਵੀ ਇਹਦੇ ਥੱਲੇ ਹੋਣ ਜਾਣੀ ਚੋਣ ਵਾਲਾ 22-23 ਕਿਲੋ ਆ ਠੰਡਾ ਜੀ ਕਿੰਨੇ ਦਿਨ ਹੋ ਗਏ ਅੱਜ ਖੁਸ਼ਦੀਪ ਸਿੰਘ ਲੇਵੇ ਦੀ ਆ ਅੱਜ ਇਹਨੂੰ ਦੂਜਾ ਦੇਣਾ ਜੀ ਦੋ ਦਿਨ ਕੰਪਲੀਟ ਹੋ ਗਏ ਪੂਰੇ ਬੱਚਾ ਕੀ ਦਿੱਤਾ ਬੱਚਾ ਬੱਚਾ ਜੀ ਇਹਦੇ ਮਗਰ ਰੇਟ ਇਹਦਾ ਖੁਸ਼ਦੀਪ ਰੇਟ ਇਹ ਵੈੜ ਦੇ ਦਾਂਗੇ ਜੀ ਆਪਾਂ 85,000 ਰੁਪਏ ਦੀ ਜੀ ਠੀਕ ਹੈ ਸੋ ਸੋ ਛੇ ਦੰਦ ਥਣ ਥੁਣ ਤੇ ਗੇਂਦ ਸਪੂਨ ਇਹਦੇ ਵੀ ਬਹੁਤ ਸੋਹਣੇ ਆਰਡਰ ਤੇ ਛੇ ਦੰਦ ਥਾਣੇ ਦਾ ਥਿਚਵਾਈ ਵਾਸਤੇ ਸੋਹਣਾ ਹਵਾਨਾ ਚੰਗਾ ਭਰਿਆ ਦਿਸਦਾ ਕ੍ਰੋਸ ਜਰਸੀ ਦੇ ਨਾਲ ਹੈ 85,000 ਇਹਦੇ ਬਾਅਦ ਮਗਰ ਬੱਚੀ ਹੈ ਜੀ ਇਹਦੇ ਠੀਕ ਹੈ ਇਹ ਵੈੜ ਹੁਣੀ ਸੂਈ ਹੈ ਜੀ ਤਾਜੀ ਓਏ ਤਾਜੀ ਸੂਈ ਵੀ ਵੈੜ ਤੁਸੀਂ ਦੇਖ ਲਓ ਕਿੰਨਾ ਮਸੂ ਆ ਖੁਸ਼ਦੀ ਪੇ ਜੇਰ ਪੈਨ ਵਾਲੀ ਆ ਦੇਖ ਲਓ ਵਾ ਪਈ ਜਾਣੀ ਆ ਸਹੀ ਇਹ ਚੌਗੀ ਆ ਦੰਦੋ ਜੀ ਸੂਆ ਦੂਜਾ ਪਹਿਲੇ ਸੂਏ ਬੇਸ ਬੂਸ ਦੇਖ ਲਓ ਬਹੁਤ ਚੰਗੀਆਂ ਇਹਦਾ ਦੁੱਧ ਕੱਢਿਆ ਵਾ ਜੀ ਹੁਣ 6-7 ਕਿਲੋ ਵਾਂਗੂ ਠੀਕ ਹੈ ਬੋਲਾ ਬੋਲਾ ਬੱਚੀ ਨੂੰ ਤੈਨੂੰ ਪਿਆ ਸੀ ਗਾਂ ਨੂੰ ਪੱਧ ਨੂੰ ਜੀ ਠੀਕ ਹੈ ਓਕੇ ਤੇ ਜਣੀ ਵੀ ਆਪਾਂ ਨੂੰ ਇੰਨਾ ਕੁ ਹੈ ਜੀ ਅਮੀਰ ਵੀ ਪਰ ਜਿੰਨਾ ਦਾ ਦੁੱਧ ਰਾਵਣੇ 35 ਕਿਲੋ ਬੋਡੀ ਵੇਟ ਬਹੁਤ ਆ ਵੈੜ ਚ ਜੀ ਚੜਾਈ ਤੁਹਾਨੂੰ ਕੋਲੇ ਖੜੇ ਹੁੰਦੇ ਸੀ ਰਹੀ ਆ ਬਹੁਤ ਜ਼ਿਆਦਾ ਆ ਵੈੜ ਚ ਠੀਕ ਹੈ ਅੱਛਾ ਇਹ ਜਿਹੜੇ ਬਾਹਰ ਨਾ ਖੜੇ ਸੀ ਇਹਨਾਂ ਤੋਂ ਬਿਨਾਂ ਇੱਕ ਅੰਦਰ ਵੱਛੀ ਖੜੀ ਹੈ ਇਹਦੀ ਵੀ ਡਿਟੇਲ ਖੁਸ਼ਦੀਪ ਦੱਸ ਦੀ ਬਾਈ ਇਹ ਦੋ ਦੰਦ ਆ ਜੀ ਵੱਛੀ ਠੀਕ ਹੈ ਦੁੱਧ ਹੁਣ ਚੋਂ ਆ ਇਹਦੇ ਥੱਲੇ ਜਾਣੀ ਜੀ 19 ਕਿਲੋ ਆ ਠੰਡਾ ਠੀਕ ਹੈ 3 ਦਿਨ ਹੋ ਗਏ ਸੂਈ ਨੂੰ ਜੀ ਤੇ ਇਹਦੀ ਵੀ ਉਸੇ ਬੱਚੀ ਦੇ ਨਾਲ ਇਹ ਜੁੜੇ ਦੀ ਵੀ ਗੱਲ ਚੱਲ ਰਹੀ ਹੈ ਜੀ ਠੀਕ ਹੈ ਤੇ ਸੇਮ ਹੀ ਇਹਦਾ ਪ੍ਰਾਈਜ਼ ਆ ਜੀ ਉਹਦੇ ਜਿੰਨਾ ਹੀ ਠੀਕ ਹੈ ਇੱਕੋ ਹੀ ਰੇਟ ਆ ਗਿਆ ਨਾ ਤੇ ਇਹਦੀ ਵੀ ਉਸ ਬੱਚੀ ਦੇ ਨਾਲ ਹੀ ਜਿਹੜੀ ਉਧਰ ਦੋ ਦੰਦ ਦਿਖਾਈ ਸੀ ਉਹਦੇ ਨਾਲ ਹੀ ਗੱਲ ਚੱਲ ਰਹੀ ਹੈ ਇਹਦੀ ਹਾਂਜੀ ਠੀਕ ਹੈ ਸੋ ਦੋਸਤੋ ਅੱਜ ਦੀ ਇਸ ਵੀਡੀਓ 'ਚ ਇਹ ਨਾਗ ਕਾਫੀ ਸਾਰੇ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਆ ਰੇਟ ਮੋਸਟਲੀ ਦੱਸਿਆ ਕੁਝ ਪਸ਼ੂਆਂ ਦਾ ਜੇ ਰਹਿ ਗਿਆ ਤਾਂ ਫੋਨ ਦੇ ਉੱਤੇ ਵੀਰ ਤੋਂ ਕਨਫਰਮ ਕਰ ਲਓ ਜਦੋਂ ਵੀ ਆਓਗੇ 15-16 ਨਾਗ ਇੱਥੇ ਤੁਹਾਨੂੰ ਹੁਣ ਖੜੇ ਮਿਲਣਗੇ ਇੱਕ ਹਿਸਾਬ ਦਾ ਜਿਵੇਂ ਡੱਬ ਵਾਲੀ ਮੰਡੀ ਹੁੰਦੀ ਹੈ ਉਦਾਂ ਹੀ ਤੁਹਾਨੂੰ ਲੱਗੂਗਾ ਕਿਉਂਕਿ ਘਰ 'ਚ ਖੜੇ ਪਸ਼ੂ ਆ ਜਿਹੜਾ ਖਰੀਦੋਗੇ ਬੇਸ਼ੱਕ 3 ਟਾਈਮ ਤਸੱਲੀ ਕਰ ਲਿਓ ਵਾਰ ਵਾਰ ਬੇਨਤੀ ਹਰੇਕ ਵੀਡੀਓ 'ਚ ਕਰੀਦੀ ਹੈ ਸਾਡਾ ਕੰਮ ਤੁਹਾਨੂੰ ਘਰ ਬੈਠਿਆਂ ਨੂੰ ਪਸ਼ੂ ਦਿਖਾਉਣ ਦਾ ਜਿਹੜਾ ਪਸ਼ੂ ਤੁਸੀਂ ਖਰੀਦਣਾ ਤੁਸੀਂ ਪੇਮੈਂਟ ਇਨਵੈਸਟ ਕਰਨੀ ਹੈ ਤੁਸੀਂ ਸੋਚੋ ਸਮਝੋ ਅਤੇ ਆਪਦੀ ਸਮਝ ਨਾਲ ਪੈਸਾ ਇਨਵੈਸਟ ਕਰੋ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ